अज की वीडियो तुहानू सेंध देऊगी। क्यों देऊगी बई? अज आपां इहो जे भरा दी तुहाडे नाल उहदी जिंदगी दी गल शेयर करन जा रहे हैं। जिहड़ा भरा बई कनेडा दा लग्या होया वीजा रिजैक्ट कर गया, सोचिया वी मैं कनेडा नहीं जाणा ते इत्थे रहि के ही कुछ करना, उहदी स्टोरी आ। वीर ने जाणा सीगा बाहर, जदों उहने कनेडा दी फाइल लाती उधरों रिजैक्ट हो गई, वो जा ना पाया किसी कारण बस। हुंदे मौंदे जी उहने आपदा उत्थे एक पोल्ट्री फार्म दा कम तोरना स्टार्ट कीता। उस काम दे विच उहनूं वधिया बेनीफिट होण लगे। उहने सोचिया वी नहीं हुण आपां जांदे नहीं, उहने आपदे वैसे इक कैंसल वाला प्लैन बना लिया वी आपां जाणा ही नहीं। जदों पोल्ट्री फार्म दा वधिया कम चलण लग्गिया ते उधरों हुंदा की है कनेडा दा वीजा वी लग गया। भरा ने उदों फिर कनेडा दे वी वीजा रिजैक्ट करता। रिजैक्ट करन वेले उहदे घर दे वी लड़े ते जिहड़ा आस पड़ोस सी उह वी लड़िया। हुण तां लड़े वी अज तूं वधिया कनेडा जाके सैट होना, तूं क्यों इहो जिहा कम करदा, इह कम दा की पता कदों फेल हो जाए। तां उह कम वी भरा दा फेल नहीं होया, कम इन्ना ज़्यादा वधिया होया भी अज उस भरा ने इन्नी मेहनत की, 5 सालां की मेहनत दे बाद उस फार्म ते अज 84 लाख रुपए की मुर्गियों नूं फीड फीड खवा दिंदा। इह जे भरा दी तुहाडे नाल वीडियो सांझी करदे आ। पहलां तां उस भरा दी वीडियो दे विच आपदे मूंहों बई गल्लां जिहड़ियां करियां उसने, गल्लां सुणो, बाकी दीआं गल्लां आपां बाद विच करदे। 84 तों 85 लाख दा उहदा बिल बणिया फीड दा, साडा 1 साल दा जी। ਤਾਂ 1 ਸਾਲ ਦੀ ਅਗਰ 85 ਲੱਖ ਰੁਪਇਆ ਸਾਡਾ ਖਰਚਾ ਆ ਤਾਂ ਤੁਸੀਂ ਇਨਕਮ ਆਪਣੇ ਆਪ ਜੋੜ ਸਕਦੇ। ਦੇਖੋ ਜੀ, ਪੋਲਟਰੀ ਦਾ ਕੰਮ ਜਿਹੜਾ ਬੰਦਾ ਪ੍ਰੋਫਿਟ ਪੁੱਛੂਗਾ ਪਹਿਲਾਂ ਉਹਦੇ ਵਾਸਤੇ ਹੈ ਹੀ ਨਹੀਂ, ਇਹ ਸਿਰਫ ਸ਼ੌਂਕ ਵਾਲਾ ਕੰਮ ਹੈ। ਪੋਲਟਰੀ ਦਾ ਕੰਮ ਜਿਹੜਾ ਆ ਸਭ ਤੋਂ ਸਸਤੇ 'ਚ ਔਰ ਸਭ ਤੋਂ ਜਲਦੀ ਇਨਕਮ ਦੇਣ ਵਾਲਾ ਕੰਮ ਹੈ। ਤੁਸੀਂ ਡੇਅਰੀ ਫਾਰਮ ਕਰ ਲਓ, 3 ਸਾਲ ਚਾਹੀਦੇ ਨੇ ਘੱਟੋ ਘੱਟ, 3 ਸਾਲ ਜੀ, ਵੱਧ ਲੱਗ ਸਕਦੇ ਆ ਘੱਟੋ ਘੱਟ 3 ਸਾਲ, ਔਰ ਗੋਟ ਫਾਰਮਿੰਗ ਕਰ ਲਓ ਘੱਟੋ ਘੱਟ 1 ਸਾਲ, ਠੀਕ ਹੈ ਜੀ। ਲੇਕਿਨ ਪੋਲਟਰੀ ਫਾਰਮ ਤੁਸੀਂ ਕਰਦੇ ਹੋ ਤਾਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਬਾਈਬੈਕ ਦੇਣਾ ਸ਼ੁਰੂ ਕਰ ਦਿੰਦੇ। ਮੈਂ ਕੈਨੇਡਾ ਦੀ ਫਾਈਲ ਵੀ ਲਈ ਆ, 1 ਵਾਰ ਨਹੀਂ 2 ਵਾਰੀ, 1 ਵਾਰੀ ਤਾਂ ਮੇਰੀ ਕੈਂਸਲ ਹੋ ਗਈ, ਦੂਸਰੀ ਵਾਰ ਮੈਂ ਖੁਦ ਕੈਂਸਲ ਕਰਵਾਈ ਸੀਗੀ। ਪੋਲਟਰੀ ਦੇ ਵਿੱਚ ਕੱਲੀ ਪੋਲਟਰੀ ਨਹੀਂ ਹੈਗੀ, ਐਗ ਵੇਚ ਲਓ, ਬੱਚਾ ਸੇਲ ਕਰ ਲਓ, ਚਿਕਨ ਵਾਲੀ ਬ੍ਰੀਡ ਸੇਲ ਕਰ ਲਓ, ਵੱਡਾ ਮੁਰਗਾ ਮੁਰਗੀ ਕਰਕੇ ਸੇਲ ਕਰ ਲਓ, ਬਹੁਤ ਸਾਰੀਆਂ ਲਾਈਨਾਂ ਨੇ ਜੀ। ਹੁਣ ਅਸੀਂ ਨਾਲ ਫੀਡਰ ਡਰਿੰਕਰਾਂ ਦਾ ਕੰਮ ਕਰਦੇ ਹਾਂ। ਘਰ ਦੀ ਫੀਡ ਦੇ ਉੱਤੇ 300 ਤੋਂ 320 ਰੁਪਏ ਦੇ ਵਿੱਚ ਮੁਰਗੀ ਤਿਆਰ ਹੁੰਦੀ ਹੈ, ਔਰ ਬਾਜ਼ਾਰ ਦੀ ਫੀਡ ਦੇ ਵਿੱਚ 250 ਰੁਪਏ ਤੋਂ ਲੈ ਕੇ 270 ਰੁਪਏ ਦੇ ਵਿੱਚ ਮੁਰਗੀ ਤਿਆਰ ਹੁੰਦੀ ਹੈ। ਸਾਰੀਆਂ ਨਸਲਾਂ ਦਾ ਅੰਡਾ ਅਸੀਂ ਸੇਮ ਪ੍ਰਾਈਸ 'ਤੇ ਹੀ ਵੇਚਦੇ ਹਾਂ ਜੀ। 10 ਰੁਪਏ ਸਾਡਾ ਪਰਮਾਨੈਂਟ ਫਿਕਸ ਰੇਟ ਹੈ ਜੀ। ਕਿਸੇ ਕੋਲ 8 ਲੀਟਰ ਦੁੱਧ ਲੈਣ, 10 ਲੀਟਰ ਦੁੱਧ ਲੈਣ ਚੱਲ ਜਾਓ, ਠੀਕ ਹੈ ਜੀ। ਉਹਦੇ ਘਰੇ 8 ਵਿਆਹ ਹੋਊਗਾ, ਤੁਹਾਨੂੰ 2 ਲੀਟਰ ਪਾਣੀ ਪਾ ਕੇ 10 ਪੂਰਾ ਕਰਕੇ ਦੇ ਦੂਗਾ। ਅਗਰ ਤੁਸੀਂ ਕਿਸੇ ਪੋਲਟਰੀ ਫਾਰਮ ਵਾਲੇ ਕੋਲ ਚੱਲ ਜਾਓ, 29 ਅੰਡੇ ਪਏ ਨੇ ਟਰੇ, 30 ਅੰਡਿਆਂ ਦੀ ਹੁੰਦੀ ਆ, ਤਾਂ ਜਿੰਨਾ ਚਿਰ ਉਹਦੇ ਕੋਲ ਇੱਕ ਮੁਰਗੀ ਹੋਰ ਅੰਡਾ ਨਹੀਂ ਦਊਗੀ, 30 ਅੰਡੇ ਪੂਰੇ ਨਹੀਂ ਹੁੰਦੇ, ਤੁਹਾਨੂੰ 29 ਹੀ ਦਊਗਾ, ਡੁਪਲੀਕੇਟ ਬਣਾ ਕੇ ਨਹੀਂ ਦੇ ਸਕਦਾ। ਇੰਨੀ ਕੁ ਜ਼ਿਆਦਾ ਆ, ਜਿੰਨੀ ਤੇਜ਼ੀ ਨਾਲ ਹੁਣ ਪੋਲਟਰੀ ਫਾਰਮ ਵੱਧ ਰਹੇ ਨੇ, ਇੰਨੀ ਤੇਜ਼ੀ ਨਾਲ ਅਗਰ 20-30 ਸਾਲ ਹੋਰ ਵੱਧਦਾ ਰਹੇ ਤਾਂ ਵੀ ਅੰਡੇ ਦੀ ਡਿਮਾਂਡ ਪੂਰੀ ਨਹੀਂ ਹੋ ਸਕਦੀ, ਕਿਉਂਕਿ ਇਹ ਇੱਕ ਇਦਾਂ ਦਾ ਕੰਮ ਹੈ ਜਿਹਦੇ ਵਿੱਚ ਅਗਰ ਤੁਸੀਂ 2-4 ਦਿਨਾਂ ਵਾਸਤੇ ਤੁਹਾਨੂੰ ਕਿਤੇ ਜਾਣਾ ਵੀ ਪੈ ਜਾਂਦਾ ਹੈ, ਤਾਂ ਉਹਦੇ ਵਿੱਚ ਤੁਸੀਂ ਇਹ ਵਰਡ ਨੂੰ ਉਹ 2-3 ਦਿਨਾਂ ਦੀ ਫੀਡ ਪਾ ਕੇ ਆਪਣਾ ਆਰਾਮ ਨਾਲ ਕਿਤੇ ਜਾ ਸਕਦੇ ਹਾਂ। ਅਸੀਂ ਲੋਨ ਬਾਰੇ ਵੀ ਸਭ ਕੁਝ ਦੱਸਦੇ ਹਾਂ ਜੀ। ਨੈਸ਼ਨਲ ਲਾਈਫ ਸਟੋਕ ਮਿਸ਼ਨ, ਇਹਦਾ ਇੱਕ ਕੇਂਦਰ ਸਰਕਾਰ ਵੱਲੋਂ ਲੋਨ ਹੈ ਜੀ, ਲੋਨ ਮਿਲਦਾ ਉਹਦੇ ਉੱਤੇ 50% ਦੀ ਸਬਸਿਡੀ ਹੈ, ਉਹ ਲੋਨ ਲੈ ਕੇ ਵੀ ਕੰਮ ਕਰ ਪੋਲਟਰੀ ਦੇ। ਅਸੀਂ ਪੋਲਟਰੀ ਫਾਰਮ ਕੋਈ ਵੀ ਆਪਣੀ ਕਾਮਯਾਬੀ ਨਹੀਂ ਦੱਸਦਾ ਜੀ। ਅਸੀਂ ਵੀ ਜਦੋਂ ਸਿੱਖਦੇ ਸੀਗੇ ਕਈ ਫਾਰਮਾਂ ਤੇ ਵਿਜ਼ਿਟ ਕਰਿਆ, ਕਿਸੇ ਨੇ ਜਾ ਕੇ ਚਾਹ ਪਾਣੀ ਵੀ ਨਹੀਂ ਪੁੱਛਿਆ, ਫੁੱਕੀ ਜੀ ਸਲਾਹ ਦੇ ਕੇ ਦੋ ਭਾਈ ਕਰ ਲਓ ਆਹ ਗੱਲਾਂ ਨੇ, 2 ਗੱਲਾਂ ਪੋਜ਼ਿਟਿਵ ਦੱਸਦੀਆਂ ਤਾਂ 4 ਨੈਗੇਟਿਵ ਦੱਸਦੀਆਂ ਤਾਂ ਬੰਦੇ ਦਾ ਮਨ ਕਰਦਾ ਹੀ ਸੀ ਕੰਮ ਕਰਨ ਨੂੰ। ਕਈ ਫਾਰਮ ਵਾਲਾ ਪੋਜ਼ਿਟਿਵ ਨਹੀਂ ਦੱਸਦਾ, ਅਗਲੇ ਨੂੰ ਨੈਗੇਟਿਵ ਕਰਦਾ ਕਿ ਕੰਮ ਕਰਨ ਵਾਲੇ ਕੋਈ, ਕਿਸੇ ਨੂੰ ਦੇਖ ਕੇ ਕੋਈ ਕਰਕੇ ਅੱਜ ਕੱਲ੍ਹ ਰਾਜੀ ਨਹੀਂ ਹੈ। ਜਿਹੜੇ ਨੌਜਵਾਨ ਬਾਹਰ ਜਾਣ ਦੇ ਇੱਛੁਕ ਨੇ, ਮੈਂ ਨਹੀਂ ਰੋਕਦਾ ਉਹਨਾਂ ਨੂੰ ਬਾਹਰ ਜਾਣ ਤੋਂ, ਲੇਕਿਨ ਇੱਕ ਟ੍ਰੇਨਿੰਗ ਲਾ ਲੈਣ ਸਾਡੀ। ਹਾਂਜੀ, ਜਿਵੇਂ ਤੁਸੀਂ ਭਰਾ ਦੀ ਵੀਡੀਓ ਸੁਣੀ, ਆਪਾਂ ਇਹ ਵੀਡੀਓ ਤਾਂ ਤੁਹਾਡੇ ਨਾਲ ਸਾਂਝੀ ਕਰੀ ਤਾਂ ਬਣਾਉਣੀ ਚਾਹੀਦੀ ਵੀ ਜਿੱਥੇ ਆਪਣੇ ਅੱਜ ਦੇ ਸਮੇਂ ਹਰੇਕ ਦੀ ਲਾਲਸਾ ਬਣੀ ਪਈ ਹੈ ਵੀ ਇੱਥੇ ਕੁਛ ਨਹੀਂ ਰੱਖਿਆ, ਆਪਾਂ ਬਾਹਰ ਚੱਲੀਏ, ਉੱਥੇ ਜਾ ਕੇ ਸੈੱਟ ਹੋਵਾਂਗੇ। ਅਤੇ ਉੱਥੇ ਕਾਰੋਬਾਰ ਦੀ ਗੱਲ ਕਰਦੇ ਸੀ ਆਪਾਂ ਵੀ, ਕੰਮ ਇੱਥੇ ਬਹੁਤ ਆ, ਜੇ ਕੋਈ ਕਰੇ ਤਾਂ, ਕਰਨਾ ਚਾਹੁੰਦਾ ਜਾਏ ਕੋਈ ਕੰਮ, ਕਾਰੋਬਾਰ ਬਹੁਤ ਹੈ। ਅਤੇ ਅੱਜ ਉਹੀ ਕਾਰੋਬਾਰ ਦੇ ਵਿੱਚ ਪਏ ਕੇ ਜਿਹੜਾ ਕਿ ਪੋਲਟਰੀ ਫਾਰਮ ਦੇ ਵਿੱਚ ਟ੍ਰੇਨਿੰਗ ਦੇ ਰਹੇ ਆ ਵੀ ਜਿਹੜੇ ਹੋਰ ਭਰਾ ਬਾਹਰ ਜਾਈ ਜਾਂਦੇ ਉਹਨਾਂ ਨੂੰ ਇੱਥੇ ਆਪਾਂ ਕਾਰੋਬਾਰ ਦੀ ਸਿਖਲਾਈ ਦੇਈਏ ਅਤੇ ਕਾਰੋਬਾਰ ਇੱਥੇ ਸੈੱਟ ਕਰੀਏ ਅਤੇ ਬਾਹਰ ਘੱਟ ਤੋਂ ਘੱਟ ਰੁਝਾਨ ਹੋਵੇ ਜਾਣ ਦਾ। ਆਪਾਂ ਇਹ ਵੀਡੀਓ ਕੋਈ ਉਹਨਾਂ ਦੀ ਪ੍ਰਮੋਸ਼ਨ ਨਹੀਂ ਕੀਤੀ, ਨਾ ਹੀ ਉਹਨਾਂ ਨੇ ਆਪਾਂ ਨੂੰ ਕਿਹਾ, ਅਤੇ ਪਰ ਆਪਾਂ ਸੋਚਿਆ ਵੀ ਕਿਉਂ ਨਾ ਇਹ ਵੀਡੀਓ ਤੁਹਾਡੇ ਲਈ ਸ਼ੇਅਰ ਕਰੀਏ ਤਾਂ ਕਿ ਤੁਹਾਨੂੰ ਇੱਕ ਚੰਗਾ ਫੀਲ ਹੋਵੇ ਵੀ ਇੱਥੇ ਵੀ ਕੁਛ ਹੈ, ਆਪਾਂ ਇੱਥੇ ਕਾਰੋਬਾਰ ਕਰੀਏ, ਸਭ ਕੁਛ ਇੱਥੇ ਰੱਖਿਆ। ਉਮੀਦ ਕਰਦਾ ਤੁਹਾਨੂੰ ਇਹ ਆਪਣੀ ਵੀਡੀਓ ਜਿਹੜੀ ਸੀ ਵਧੀਆ ਲੱਗੀ। ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ।